ਅੱਜ ਅਸੀਂ ਆਪਣੇ ਉਹਨਾਂ ਮਹਾਨ ਕੌਮੀ ਮਜ਼ਬੜਿਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਪੂਰੀ ਕੌਮ ਦੇ ਡਿੱਗੇ ਹੋਏ ਹੌਸਲਿਆਂ ਨੂੰ ਬੁਲੰਦ ਕੀਤਾ। 1984 ਦੇ ਵਿੱਚ ਜਦੋਂ ਵਕਤ ਦੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਆਪਣਾ ਨਿਸ਼ਾਨਾ ਬਣਾਇਆ ਔਰ ਨਾਲ ਹੀ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਮੌਕੇ ਦੇ ਉੱਤੇ ਇਕੱਠੀਆਂ ਹੋਈਆਂ ਸਿੱਖ ਸੰਗਤਾਂ, ਜਿਨ੍ਹਾਂ ਦੇ ਵਿੱਚ ਬੱਚੇ ਬਜ਼ੁਰਗ ਵੀ ਸਨ ਔਰ ਇਸਤਰੀਆਂ ਵੀ ਸਨ, ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ। ਤਾਂ ਕੌਮ ਦੇ ਵਿੱਚ ਬੜੀ ਉਦਾਸੀ ਸੀ, ਵੱਡਾ ਕਹਿਰ ਵਾਪਰਿਆ, ਸਿੱਖਾਂ ਦੇ ਦਿਲ ਦੇ ਉੱਤੇ ਹਮਲਾ ਹੋਇਆ। ਜਿਹੜੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹੈ, ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹੈ, ਉਹਨਾਂ ਦੇ ਦਿਲ ਵੀ ਜਿਹੜੇ ਢਹਿ ਢੇਰੀ ਹੋਏ। ਹਰ ਉਹ ਅੱਖ ਰੋਈ ਜਿਹੜੀ ਇਨਸਾਨੀਅਤ ਦੀ ਬਾਤ ਪਾਉਂਦੀ ਸੀ, ਅਤੇ ਸਿੱਖ ਨਹੀਂ ਰੋਏ, ਸਿੱਖਾਂ ਨੇ ਤਾਂ ਰੋਏ ਸੀ, ਬਲਕਿ ਹਰ ਉਹ ਅੱਖ ਰੋਈ ਜਿਹੜੀ ਇਨਸਾਨੀਅਤ ਦੀ ਗੱਲ ਕਰਦੀ ਸੀ, ਚਾਹੇ ਉਹ ਅੱਖ ਹਿੰਦੂ ਦੀ ਸੀ, ਚਾਹੇ ਮੁਸਲਮਾਨ ਦੀ ਸੀ, ਚਾਹੇ ਬੋਧੀ ਦੀ ਸੀ, ਚਾਹੇ ਜੈਨੀ ਦੀ ਸੀ। ਤਾਂ ਉਸ ਵਕਤ ਕੌਮ ਦੇ ਇਹਨਾਂ ਮਰਜ਼ੀਬੜਿਆਂ ਨੇ ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ, ਸ਼ਹੀਦ ਭਾਈ ਸਤਵੰਤ ਸਿੰਘ, ਇਹਨਾਂ ਨੇ ਉਸ ਜ਼ਾਬਰ ਔਰ ਜਿਹੜੀ ਬੜੀ ਤਕੜਸ਼ਾਹ ਮੰਨੀ ਜਾਂਦੀ ਸੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ, ਉਹਨੂੰ ਸਬਕ ਸਿਖਾਇਆ। ਕੱਲਾ ਉਹਨੂੰ ਸਬਕ ਨਹੀਂ ਸਿਖਾਇਆ, ਬਲਕਿ ਹਰ ਉਸ ਜ਼ਾਬਰ ਜ਼ਰਵਾਣੀ ਨੂੰ ਸਬਕ ਸਿਖਾਇਆ ਜਿਹੜਾ ਇਹ ਸੋਚਦਾ ਸੀ ਕਿ ਸਿੱਖਾਂ ਨੂੰ ਬੜੀ ਜਲਦੀ ਮੁਕਾਇਆ ਜਾ ਸਕਦਾ। ਉਹਨਾਂ ਨੂੰ ਸਮਝ ਆ ਗਈ ਕਿ ਐਸਾ ਕਦੇ ਹੋ ਨਹੀਂ ਸਕਦਾ। ਕੌਮ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ, ਯਾਦ ਕਰਦੀ ਸੀ ਤੇ ਭਵਿੱਖ ਦੇ ਵਿੱਚ ਵੀ ਯਾਦ ਕਰਦੀ ਰਹੂਗੀ। ਅੱਜ ਅਸੀਂ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕਰਨ ਵਾਸਤੇ ਇਸ ਅਸਥਾਨ ਦੇ ਉੱਤੇ ਇਕੱਠੇ ਹੋ ਕੇ ਬੈਠੇ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ ਵਿਖੇ ਵੀ ਸੁਬਾਹ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਗਏ ਔਰ ਅਰਦਾਸ ਹੋਈ ਹੈ ਕਿ ਸੱਚੇ ਪਾਤਸ਼ਾਹ ਪੰਥ ਨੂੰ ਏਕਤਾ ਇਤਫਾਕ ਬਖਸ਼ਿਸ਼ ਕਰ। ਔਰ ਇਸ ਚੀਜ਼ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਅੱਜ, ਅੱਜ ਜਿਹੜਾ ਚੌਤਰਫੋਂ ਸਾਨੂੰ ਘੇਰਿਆ ਜਾ ਰਿਹਾ, ਸਾਡੀ ਸਿਧਾਂਤਕ ਘੇਰਾਬੰਦੀ ਕੀਤੀ ਜਾ ਰਹੀ, ਸਾਨੂੰ ਆਰਥਿਕ ਮੰਦਹਾਲੀ ਵੱਲ ਧਕੇਲਿਆ ਜਾ ਰਿਹਾ, ਸਾਡੇ ਸਭ ਤੋਂ ਸਤਿਕਾਰ ਚ ਗੁਰਦੁਆਰਾ ਸਾਹਿਬਾਨ ਨੇ, ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਸਾਹਿਬਾਨ ਦੇ ਅੰਦਰ ਪ੍ਰਕਾਸ਼ਮਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਾਡੇ ਸਿਧਾਂਤ, ਸਾਡੀ ਰਹਿਤ, ਇਸ ਤੋਂ ਵੱਧ ਕੇ ਸਾਨੂੰ ਕੁਝ ਪਿਆਰਾ ਨਹੀਂ। ਔਰ ਜਿਹੜੇ ਸਾਡੇ ਸਭ ਤੋਂ ਪਿਆਰੇ ਨੇ, ਚਾਹੇ ਉਹ ਸਾਡੀ ਬਾਣੀ ਹੈ,
ਚਾਹੇ ਉਹ ਸਾਡੇ ਗੁਰਦੁਆਰਾ ਸਾਹਿਬਾਨ ਹੈ, ਚਾਹੇ ਉਹ ਸਾਡਾ ਨਿਤਨੇਮ ਹੈ, ਚਾਹੇ ਉਹ ਸਾਡਾ ਅੰਮ੍ਰਿਤ ਹੈ, ਚਾਹੇ ਉਹ ਸਾਡੀ ਦਸਤਾਰ ਹੈ, ਚਾਹੇ ਉਹ ਸਾਡਾ ਸਾਬਤ ਸੂਰਤ ਹੋਣਾ ਹੈ, ਅੱਜ ਇਸ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ। ਪਰ ਇਹਦਾ ਇੱਕ ਹੱਲ ਹੈ ਕਿ ਅਸੀਂ ਸਾਰੇ ਇੱਕਜੁੱਟਤਾ ਦਾ ਪ੍ਰਗਟਾਵਾ ਕਰੀਏ। ਮਤਭੇਦ ਹੁੰਦੇ ਨੇ ਪਰਿਵਾਰਾਂ 'ਚ, ਕੌਮ ਘਰਾਂ 'ਚ, ਕੌਮਾਂ 'ਚ ਵੀ ਹੁੰਦੇ ਨੇ। ਅਸੀਂ ਉਹਨਾਂ ਮਤਭੇਦਾਂ ਨੂੰ ਲਾਂਭੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਚੱਲੇ ਹੇਠ ਇੱਕਮੁੱਠ ਇੱਕਜੁੱਟ ਹੋਣ ਦਾ ਯਤਨ ਕਰੀਏ, ਫਿਰ ਹੀ ਜਿਹੜਾ ਅਸੀਂ ਇਸ ਸਭ ਕਾਸੇ ਦਾ ਮੁਕਾਬਲਾ ਕਰ ਸਕਦੇ ਹਾਂ। ਮੈਂ ਆਪ ਜੀ ਦਾ ਬਹੁਤ ਸਤਿਕਾਰ ਫਸਲ ਪਹੁੰਚਿਆ ਨੇ, ਸਿੰਘ ਸਰਪੰਚ ਜਸਵੀਰ ਸਿੰਘ ਜੀ ਹੋਏ ਪਹੁੰਚੇ ਨੇ, ਸੰਤ ਮਹਾਂਪੁਰਸ਼ ਬੈਠੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਹੁਦੇਦਾਰ ਬੈਠੇ ਨੇ, ਮੈਂ ਸਭ ਦਾ ਧੰਨਵਾਦ ਕਰਦਾ। ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲ ਹੋਈ ਸੀ, ਉਹਨਾਂ ਨੇ ਵੀ ਕਿਹਾ ਸੀ ਕਿ